ਕਿਸਾਨਾਂ ਵੱਲੋਂ ਜੋ ਇੱਕ ਸਿੰਬੋਲਿਕ ਨਹੀਂ ਸੀਗਾ ਇੱਕ ਚੱਕਾ ਜਾਮ ਲੜਾ ਕੀਤਾ, ਅੱਜ ਸਿੰਬੋਲਿਕ ਚੱਕਾ ਜਾਮ ਅਸੀਂ ਕਰ ਰਹੇ ਹੈਗੇ ਹਾਂ, ਲੇਕਿਨ ਉਸ ਤੋਂ ਪਹਿਲੇ ਚੱਕਾ ਜਾਮ ਦਾ ਇੱਕ ਮੈਸੇਜ ਭੇਜਿਆ। ਬੀਜੇਪੀ ਸਮਝਦੀ ਹੈ ਕਿਸਾਨ ਉਹ ਹੈ ਜਿਹੜਾ ਇਹਨਾਂ ਕੋਲ ਝੁੱਡੂ ਹੋਵੇ, ਜਿਹੜਾ ਦਿਮਾਗ ਤੋਂ ਸਿਰਫ ਉਹਨੂੰ ਇਹੀ ਦੇਖਦਾ ਹੋਵੇ ਮੋਦੀ ਮੋਦੀ ਮੋਦੀ, ਉਹ ਆਪਣੇ ਬਾਰੇ ਨਾ ਸੋਚੇ ਔਰ ਲੋਕਾਂ ਬਾਰੇ ਨਾ ਸੋਚੇ। ਉਹ ਬਾਹਰ ਦੀ ਕੁੜੀ ਹੈ ਵਿਚਾਰੀ, ਹਿਊਮਨ ਰਾਈਟ ਐਕਟੀਵਿਸਟ ਹੈ ਰਿਹਾਨਾ ਦੇ ਕੋਰ ਹੈਗੀ, 18 ਸਾਲ ਦੀ ਕੁੜੀ ਹੈ, ਉਹਨੇ ਛੋਟਾ ਟਵੀਟ ਕਰਦਾ, ਸਾਰੀਆਂ ਜਿਹੜੇ ਹੁੰਦੇ ਨਾ ਬਰਸਾਤੀ ਲੱਡੂ ਹੁੰਦੇ ਉੱਠ ਉੱਠ ਕੇ ਬਾਹਰ ਆ ਰਹੇ ਆ। ਜਦੋਂ ਅਸੀਂ ਟਵੀਟ ਕਰਦੇ ਰਹੇ ਹਾਂ ਬਾਹਰ ਬਾਰੇ, ਉਹ ਤਾਂ ਕੋਈ ਉੱਠ ਬਾਹਰੋਂ ਕੋਈ ਮੈਸੇਜ ਨਹੀਂ ਆਇਆ। ਕਹਿਣ ਦਾ ਮਤਲਬ ਹੈ ਤੁਸੀਂ ਲੇਕਿਨ ਉਹਨੂੰ ਗਿਣਤੀ ਦੇ ਬੰਦੇ ਹੋ। ਗੱਲ ਇੱਦਾਂ ਹੈ ਕਿ ਜਿੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ, ਜਿੱਥੋਂ ਦੇ ਮੰਤਰੀ ਸਾਹਿਬ ਝੂਠ 'ਤੇ ਝੂਠ ਬੋਲਦੇ ਆ, ਉਹ ਕਹਿੰਦੇ ਆ ਕਿ ਸਾਡੇ ਨਾਲ ਆ ਕੇ ਪਾਰਲੀਮੈਂਟ ਡਿਬੇਟ ਕਰੋ ਨਾ, ਦਿਨ 11 ਮੀਟਿੰਗਾਂ ਡਿਬੇਟ ਨਹੀਂ ਹੋਈ। ਤੁਸੀਂ ਉਹਨਾਂ ਨਾਲ ਡਿਬੇਟ ਕਰਨ ਨੂੰ ਫਿਰਦੇ ਹੋ ਜਿਹਨਾਂ ਕੋਲ ਜ਼ਮੀਨ ਨਹੀਂ ਹੈਗੀ, ਜਿਹਨਾਂ ਨੂੰ ਐਗਰੀਕਲਚਰ ਬਾਰੇ ਪਤਾ ਨਹੀਂ ਗਾ, ਜਿਹਨਾਂ ਨੂੰ ਐਗਰੀਕਲਚਰ ਬਾਰੇ ਪਤਾ, ਡਿਬੇਟ ਉਹਨਾਂ ਨਾਲ ਕਰੋ, ਲੈ ਮੇਰੇ ਨਾਲ ਆ ਕੇ ਡਿਬੇਟ ਕਰ ਲਓ। ਜਦ ਟਕੈਤ ਸਾਹਿਬ ਰੋਏ ਨੇ ਤਾਂ ਪੂਰਾ ਇੰਡੀਆ ਰੋਇਆ, ਪੂਰਾ ਭਾਰਤ ਰੋਇਆ, 5 ਲੱਖ ਬੰਦਾ ਇੱਕ ਦਿਨ 'ਚ ਉੱਥੇ ਪਹੁੰਚਣਾ, ਇਹ ਸਰਕਾਰ ਦੇ ਮੂੰਹ 'ਤੇ ਆਪਣੇ ਆਪ ਚਪੇੜ। ਤੁਹਾਨੂੰ ਵੀ ਹੁਣ ਐਂਟੀ ਨੈਸ਼ਨਲ ਕਹਿਣਗੇ, ਕਿਵੇਂ ਜਿਹੜੇ ਪ੍ਰਦਰਸ਼ਨ ਕਰਦੇ ਨੇ ਕਹਿੰਦੇ ਐਂਟੀ ਨੈਸ਼ਨਲ ਨਹੀਂ, ਇਕੱਲੇ ਪੰਜਾਬ ਵਾਲੇ ਬੈਠੇ ਹੋ ਅਤੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ। ਇਹ ਪ੍ਰੋਬਲਮ ਜਿਹੜੀ ਹੈ ਨਾ ਉੱਥੋਂ ਦੀ ਹਕੂਮਤ ਦੇ ਵਿੱਚ, ਉੱਥੇ ਪਾਣੀ ਦੇ ਵਿੱਚ ਜਿਹੜਾ ਹਕੂਮਤ ਕਰਦੀ ਹੈ। ਕਿਸਾਨ ਨੇ, ਇਹ ਖਾਲਿਸਤਾਨੀ ਨੇ ਜਾਂ ਇਹ ਵੱਖਵਾਦੀ ਨੇ, ਅੱਖਵਾਦੀ ਜਾਂ ਸੀਏ ਵਾਲੇ ਜਾਂ ਸ਼ੀਨ ਬਾਗ ਵਾਲੇ ਆ, ਉਹ ਇੱਕ ਮੈਸੇਜ ਚਲੇ ਗਿਆ ਕਿ ਨਹੀਂ ਭਾਈ, ਇਹ ਜਿਹੜਾ ਤੁਸੀਂ 5-7% ਜਿਹੜੇ 10% ਪ੍ਰੋਪਾਗੈਂਡਾ ਕਰਦੇ ਪਏ ਹੋ ਨਾ ਕਿਸਾਨਾਂ ਦੇ ਖਿਲਾਫ, ਇਹ ਗਲਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ, ਮੈਂ ਹਾਂ ਗੁਰਦੀਪ ਸਿੰਘ ਲੰਮੇ। ਅੱਜ ਹੈ 6 ਫਰਵਰੀ ਔਰ ਕਿਸਾਨ ਏਕਤਾ ਦੇ ਵੱਲੋਂ ਜਿਹੜਾ ਆ ਯੂਨੀਅਨਸ ਦੇ ਵੱਲੋਂ ਜਿਹੜਾ ਆ ਅੱਜ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਜਿਹੜਾ ਆ ਕਿਹਾ ਗਿਆ ਸੀਗਾ ਚੱਕਾ ਜਾਮ ਕਰਨ ਦੇ ਲਈ, ਅਤੇ ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ। ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਚੱਕਾ ਜਾਮ ਕੀਤਾ ਜਾ ਰਿਹਾ ਹੈ, ਅਤੇ ਵਕੀਲ ਭਾਈਚਾਰੇ ਦੇ ਵੱਲੋਂ ਵੀ ਜਿਹੜਾ ਆ ਹੁਣ ਚੱਕਾ ਜਾਮ ਕੀਤਾ ਜਾ ਰਿਹਾ ਹੈ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਖਿਲਾਫ਼ ਜੋ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਸੀ ਉਸ ਦੇ ਖਿਲਾਫ਼ ਜਿਹੜੇ ਆ ਪ੍ਰਦਰਸ਼ਨ ਚੱਲ ਰਹੇ ਨੇ ਪੂਰੇ ਦੇਸ਼ ਭਰ ਦੇ ਵਿੱਚ, ਔਰ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ। ਤਾਂ ਸਾਡੇ ਨਾਲ ਇਸ ਵੇਲੇ ਵਕੀਲ ਭਾਈਚਾਰਾ ਮੌਜੂਦ ਹੈ, ਗੱਲਬਾਤ ਕਰਾਂਗੇ। ਸਰ, ਚੱਕਾ ਜਾਮ ਕੀਤਾ ਜਾਊਗਾ ਇਹ ਕਿਹਾ ਗਿਆ ਸੀ 6 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ, ਅਤੇ ਵੱਖ ਵੱਖ ਜਗ੍ਹਾ 'ਤੇ ਚੱਲਦੇ ਪਿਆ, ਤੁਸੀਂ ਵੀ ਹੁਣ ਵਕੀਲ ਭਾਈਚਾਰੇ ਵਿੱਚ ਆ ਗਏ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਜਿਹੜਾ ਵਕੀਲ ਭਾਈਚਾਰਾ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਜਿਹਨੂੰ ਕਹਿੰਦੇ ਹਾਂ ਅਸੀਂ, ਕਿਸਾਨਾਂ ਦੇ ਨਾਲ ਖੜਾ ਹੋਇਆ। ਅਸੀਂ ਸਭ ਤੋਂ ਪਹਿਲਾਂ ਲੁਧਿਆਣਾ ਬਾਰ ਵੱਲੋਂ ਅਨਾਊਂਸ ਕੀਤਾ ਸੀਗਾ ਕਿ ਜੇ ਕੋਈ ਪ੍ਰੋਬਲਮ ਆਊਗੀ, ਜੇ ਕੋਈ ਕੇਸ ਰਜਿਸਟਰ ਹੁੰਦੇ ਆ ਤਾਂ ਅਸੀਂ ਨਾਲ ਖੜ ਕੇ ਉਹਨਾਂ ਦੇ ਕੇਸ ਫ੍ਰੀ ਲੜਾਂਗੇ। ਔਰ ਅੱਜ ਵੀ ਅਸੀਂ, ਸਾਡੀ ਟੀਮ ਜਿਹੜੀ ਹੈਗੀ ਹੈ, ਸਾਡੇ ਪ੍ਰਧਾਨ ਸਾਹਿਬ ਨੇ, ਸਾਡੇ ਐਗਜ਼ੈਕਟਿਵ ਨੇ, ਸਾਰੇ ਨੇ ਉੱਥੇ ਨਾਮ ਭੇਜ ਦਿੱਤਾ ਕਿ ਸਾਡੀ ਟੀਮ ਦੇ ਲੋਇਰਸ ਜਿਹੜੇ ਕਿ ਫ੍ਰੀ ਕੇਸ ਉੱਥੇ ਲੜਨਗੇ ਅਤੇ ਆਪਣੀਆਂ ਡਿਊਟੀਆਂ ਵੀ ਦੇਣਗੇ। ਅੱਜ ਕਿਸਾਨਾਂ ਵੱਲੋਂ ਜੋ ਇੱਕ ਸਿੰਬੋਲਿਕ ਨਹੀਂ ਸੀਗਾ ਇੱਕ ਚੱਕਾ ਜਾਮ ਲੜਾ ਕੀਤਾ, ਅੱਜ ਸਿੰਬੋਲਿਕ ਚੱਕਾ ਜਾਮ ਅਸੀਂ ਕਰ ਰਹੇ ਹੈਗੇ ਹਾਂ, ਲੇਕਿਨ ਉਸ ਤੋਂ ਪਹਿਲੇ ਚੱਕਾ ਜਾਮ ਦਾ ਇੱਕ ਮੈਸੇਜ ਭੇਜਿਆ ਸਾਰੇ ਹਿੰਦੁਸਤਾਨ ਦੇ ਵਿੱਚ। ਮੈਨੂੰ ਮੈਸੇਜ ਆ ਰਿਹਾ ਕਿ ਸਰ, ਚੱਕਾ ਜਾਮ ਹੋਇਆ ਫਿਰਦਾ ਉੱਥੇ। ਜਿਹੜਾ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਜਿਹੜਾ ਸਰਦਾਰ ਨੇ ਜਾਂ ਸਾਡੇ ਕਿਸਾਨ ਨੇ, ਇਹ ਖਾਲਿਸਤਾਨੀ ਨੇ ਜਾਂ ਇਹ ਵੱਖਵਾਦੀ ਨੇ, ਅੱਖਵਾਦੀ ਜਾਂ ਸੀਏ ਵਾਲੇ ਜਾਂ ਸ਼ੀਨ ਬਾਗ ਵਾਲੇ ਆ, ਉਹ ਇੱਕ ਮੈਸੇਜ ਚਲੇ ਗਿਆ ਕਿ ਨਹੀਂ ਭਾਈ, ਇਹ ਜਿਹੜਾ ਤੁਸੀਂ 5-7% ਜਿਹੜੇ 10% ਪ੍ਰੋਪਾਗੈਂਡਾ ਕਰਦੇ ਪਏ ਹੋ ਨਾ ਕਿਸਾਨਾਂ ਦੇ ਖਿਲਾਫ਼, ਇਹ ਗਲਤ ਹੈ। ਕਿਉਂਕਿ ਅੱਜ ਤੁਸੀਂ ਜਾ ਕੇ ਜੇ ਉੱਥੇ ਬਾਰਡਰ 'ਤੇ ਦੇਖੋ, ਅੱਜ ਤੁਸੀਂ ਜਾ ਕੇ ਹਾਈਵੇਜ਼ ਦੇਖੋ, ਨੈਸ਼ਨਲ ਹਾਈਵੇਜ਼ ਦੇਖੋ, ਸਟੇਟ ਹਾਈਵੇਜ਼ ਦੇਖੋ, ਸਾਰੇ ਬੰਦ ਪਏ ਆ। ਇਹ ਲੋਕਾਂ ਦਾ ਇੱਕ ਪੜਾਸ ਹੈ, ਇੱਕ ਮੈਸੇਜ ਹੈ ਹਿੰਦੂ ਸਿੱਖ ਏਕਤਾ ਦਾ, ਜਿਹੜਾ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈਗੀ ਸਰਕਾਰ ਨੇ, ਜਿਹੜੇ ਸਰਕਾਰ ਦੀ ਏਜੰਸੀਜ਼ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਉਹਨਾਂ ਨੂੰ ਇੱਕ ਮੈਸੇਜ ਚਲੇ ਗਿਆ ਕਿ ਨਹੀਂ ਭਾਈ, ਸਾਰਾ ਹਿੰਦੁਸਤਾਨ ਜਿਹੜਾ ਵਾ ਕਿਸਾਨਾਂ ਦੇ ਨਾਲ ਹੈ। ਇਹ ਤੁਹਾਨੂੰ ਵੀ ਹੁਣ ਐਂਟੀ ਨੈਸ਼ਨਲ ਕਹਿਣਗੇ, ਕਿਵੇਂ ਜਿਹੜੇ ਪ੍ਰਦਰਸ਼ਨ ਕਰਦੇ ਨੇ ਕਹਿੰਦੇ ਐਂਟੀ ਨੈਸ਼ਨਲ ਨਹੀਂ, ਇਕੱਲੇ ਪੰਜਾਬ ਵਾਲੇ ਬੈਠੇ ਹੋ ਅਤੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ। ਦੇਖੋ, ਸਾਨੂੰ ਤਾਂ ਪਹਿਲੇ ਐਂਟੀ ਨੈਸ਼ਨਲ ਕਹਿੰਦੇ ਆ। ਇਹ ਪ੍ਰੋਬਲਮ ਜਿਹੜੀ ਹੈ ਨਾ ਉੱਥੋਂ ਦੀ ਹਕੂਮਤ ਦੇ ਵਿੱਚ, ਉੱਥੇ ਪਾਣੀ ਦੇ ਵਿੱਚ ਜਿਹੜਾ ਹਕੂਮਤ ਕਰਦੀ ਹੈ, ਉਹ ਜਿਹਦੇ ਸਿਰ 'ਤੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ, ਜੇ ਸਿਰ 'ਤੇ ਉੱਤੇ ਪੱਗ ਆ ਗਈ ਹੈ ਜਾਂ ਆਪਣੇ ਰਾਈਟ ਵਾਸਤੇ ਲੜਦਾ ਤਾਂ ਉਹ ਐਂਟੀ ਨੈਸ਼ਨਲ ਹੈ। ਜੇ ਆਪਣੇ ਰਾਈਟ ਵਾਸਤੇ ਨਹੀਂ ਕੁਝ ਬੋਲਦਾ, ਜੇ ਉਹ ਸਰਕਾਰ ਜੋ ਕਹਿੰਦੀ ਉਹ ਠੀਕ ਹੈ, ਤਾਂ ਉਹ ਐਂਟੀ ਨੈਸ਼ਨਲ ਨਹੀਂ ਹੈਗਾ। ਇੱਕ ਲੇਕਿਨ ਤੁਸੀਂ ਦੇਖੋ, ਇੱਕ ਛੋਟੇ ਜਿਹੇ ਟਵੀਟ ਨੇ, ਉਹ ਬਾਹਰ ਦੀ ਕੁੜੀ ਹੈ ਵਿਚਾਰੀ, ਹਿਊਮਨ ਰਾਈਟ ਐਕਟੀਵਿਸਟ ਹੈ ਰਿਹਾਨਾ ਦੇ ਕੋਰ ਹੈਗੀ, 18 ਸਾਲ ਦੀ ਕੁੜੀ ਹੈ, ਉਹਨੇ ਛੋਟਾ ਟਵੀਟ ਕਰਦਾ, ਸਾਰੀਆਂ ਜਿਹੜੇ ਹੁੰਦੇ ਨਾ ਬਰਸਾਤੀ ਲੱਡੂ ਹੁੰਦੇ ਉੱਠ ਉੱਠ ਕੇ ਬਾਹਰ ਆ ਰਹੇ ਆ। ਜਦੋਂ ਅਸੀਂ ਟਵੀਟ ਕਰਦੇ ਰਹੇ ਹਾਂ ਬਾਹਰ ਬਾਰੇ, ਉਹ ਤਾਂ ਕੋਈ ਉੱਠ ਬਾਹਰੋਂ ਕੋਈ ਮੈਸੇਜ ਨਹੀਂ ਆਇਆ। ਕਹਿਣ ਦਾ ਮਤਲਬ ਹੈ ਤੁਸੀਂ ਲੇਕਿਨ ਉਹਨੂੰ ਗਿਣਤੀ ਦੇ ਬੰਦੇ ਹੋ, ਇਹ ਗਿਣਤੀ ਦੇ ਬੰਦੇ ਸੋਸ਼ਲ ਮੀਡੀਆ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹਨਾਂ ਨੇ ਆਲਰੇਡੀ ਮੀਡੀਆ ਕੰਟਰੋਲ ਕੀਤਾ ਹੈਗਾ। ਲੇਕਿਨ ਸਾਡਾ ਮੀਡੀਆ ਦਾ ਕੁਝ ਪੱਖ ਇੱਦਾਂ ਦਾ ਜਿਹਨੇ ਰੱਜ ਕੇ ਲੜਾਈ ਲੜੀ ਹੈ, ਉਹਨੇ ਕਿਸਾਨਾਂ ਵਾਸਤੇ ਨਹੀਂ, ਹੱਕਾਂ ਵਾਸਤੇ ਲੜਾਈ ਲੜੀ ਹੈ। ਕਿਉਂਕਿ ਹੁਣ ਇਹ ਕਿਸਾਨ ਅੰਦੋਲਨ ਨਹੀਂ ਰਹਿ ਗਿਆ, ਇਹ ਜਨ ਅੰਦੋਲਨ ਹੈ। ਇੱਥੇ ਹਰ ਵਰਗ ਦਾ ਬੰਦਾ, ਬਿਜ਼ਨਸਮੈਨ ਹੀ ਸਮਝ ਗਿਆ, ਛੋਟਾ ਦੁਕਾਨਦਾਰ ਵੀ ਸਮਝ ਗਿਆ, ਆਮ ਬੰਦਾ ਨੌਕਰੀ
ਸੁਸਾਇਟੀ ਡਿਵਾਈਡ ਹੋ ਗਈ ਨੈਸ਼ਨਲਿਸਟ ਦੀ ਅਤੇ ਐਂਟੀ ਨੈਸ਼ਨਲਿਸਟ ਦੀ। ਨੈਸ਼ਨਲਿਸਟ ਉਹ ਆ ਜਿਹੜੇ ਲੜਦੇ ਹੋਏ ਆ ਅਤੇ ਐਂਟੀ ਨੈਸ਼ਨਲਿਸਟ ਉਹ ਨੇ ਜਿਹੜੇ ਬੈਠੇ ਉੱਥੇ ਪੋਸਟਾਂ ਪਾਈ ਜਾਂਦੇ ਆ ਕਿ ਨਹੀਂ ਬਾਈ ਇਹ ਐਂਟੀ ਨੈਸ਼ਨਲਿਸਟ ਨੇ। ਅਤੇ ਉਹਨਾਂ ਨੂੰ ਸਮਝ ਆਉਣਾ ਚਾਹੀਦਾ ਤੁਹਾਡੇ ਦੋ ਚਾਰ ਜਿਹੜੇ ਪਰਸੈਂਟ ਹੈਗੇ ਆ ਹਿੰਦੁਸਤਾਨ ਨਹੀਂ ਚਲਾ ਸਕਦੇ, ਇੰਡੀਆ ਨਹੀਂ ਚਲਾ ਸਕਦੇ, ਨਾ ਇਹ ਪਾੜ ਸਕਦੇ ਆ। ਇੱਕ ਇੱਕ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ, ਗਾਜ਼ੀਪੁਰ ਬਾਰਡਰ ਦੇ ਉੱਤੇ ਦੇਖਿਆ ਹੁਣ ਤੁਸੀਂ ਕੰਕਰੀਟ ਦੀ ਦੀਵਾਰ ਬਣਾ ਦਿੱਤੀ ਗਈ, ਨੇਲਸ ਲਗਾਏ ਦਿੱਤੀ ਗਈਆਂ, ਤੁਹਾਨੂੰ ਕਿਹਾ ਤਾਂ ਕਿ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਨਹੀਂ ਹੈਗੀ ਹੈ? ਦੇਖੋ ਪਹਿਲੀ ਗੱਲ ਤਾਂ ਨੈਸ਼ਨਲ ਹਾਈਵੇਜ਼ ਨੂੰ ਡਿਸਟਰੋਏ ਕਰ ਰਿਹਾ, ਨੈਸ਼ਨਲ ਪ੍ਰੋਪਰਟੀ ਨੂੰ ਡਿਸਟਰੋਏ ਕਰ ਰਿਹਾ। ਮੇਰੇ ਕੋਲ 23 ਐੱਫ ਆਈ ਆਰਸ ਆਈਆਂ ਸੀਗੀਆਂ, ਕਾਪੀਆਂ ਆਈਆਂ ਨੇ ਜਿਹੜੀਆਂ ਇਹਨਾਂ ਰਜਿਸਟਰ ਕੀਤੀਆਂ। ਉਹਨਾਂ 'ਚੋਂ ਕਿਸੇ ਇੱਕ ਐੱਫ ਆਈ ਆਰ ਦੇ ਵਿੱਚ ਲਿਖਿਆ ਕਿ ਸਾਡੇ ਭਾਰਤ ਦੇ ਝੰਡੇ ਦਾ ਅਪਮਾਨ ਕੀਤਾ ਗਿਆ। ਜੇ ਅਪਮਾਨ ਕਰਦਾ ਜਿੱਥੇ ਮੋਦੀ ਸਾਹਿਬ ਇੱਕ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਸਪੀਚ ਦੇ ਰਹੇ ਆ ਕਿ ਜੇ ਅਪਮਾਨ ਹੋਊਗਾ ਤਾਂ ਲੋਕਾਂ ਨੂੰ ਗੁੱਸਾ ਆਊਗਾ, ਭਾਈ ਜੇ ਤੁਹਾਡੀਆਂ ਐੱਫ ਆਈ ਆਰ ਜਿਹੜੀਆਂ ਤੁਸੀਂ ਰਜਿਸਟਰ ਕੀਤੀਆਂ ਉਹ ਤਾਂ ਲਿਖ ਦਿੰਦੇ ਕਿ ਭਾਈ ਤੁਹਾਡਾ ਕੋਈ ਅਪਮਾਨ ਹੋਇਆ। ਗੱਲ ਇੱਦਾਂ ਹੈ ਕਿ ਜਿੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ, ਜਿੱਥੋਂ ਦੇ ਮੰਤਰੀ ਸਾਹਿਬ ਝੂਠ 'ਤੇ ਝੂਠ ਬੋਲਦੇ ਆ, ਉਹ ਕਹਿੰਦੇ ਆ ਕਿ ਸਾਡੇ ਨਾਲ ਆ ਕੇ ਪਾਰਲੀਮੈਂਟ ਡਿਬੇਟ ਕਰੋ ਨਾ, ਜੇ 11 ਮੀਟਿੰਗਾਂ ਡਿਬੇਟ ਨਹੀਂ ਹੋਈ, ਡਿਬੇਟ ਤਾਂ ਉੱਥੇ ਵੀ ਹੋਈ ਹੈ। ਤੁਸੀਂ ਉਹਨਾਂ ਨਾਲ ਡਿਬੇਟ ਕਰਨ ਨੂੰ ਫਿਰਦੇ ਹੋ ਜਿਹਨਾਂ ਕੋਲ ਜ਼ਮੀਨ ਨਹੀਂ ਹੈਗੀ, ਜਿਹਨਾਂ ਨੂੰ ਐਗਰੀਕਲਚਰ ਬਾਰੇ ਪਤਾ ਨਹੀਂ ਗਾ, ਜਿਹਨਾਂ ਨੂੰ ਐਗਰੀਕਲਚਰ ਬਾਰੇ ਪਤਾ, ਡਿਬੇਟ ਉਹਨਾਂ ਨਾਲ ਕਰੋ, ਲੈ ਮੇਰੇ ਨਾਲ ਆ ਕੇ ਡਿਬੇਟ ਕਰ ਲਓ, ਆਹ ਬੈਠੇ ਨਾਲ ਜ਼ਮੀਨ ਹੈਗੀ ਇਹਨਾਂ ਡਿਬੇਟ ਕਰ ਲਓ, ਅਸੀਂ ਕਾਨੂੰਨਾਂ ਨੂੰ ਜਾਣਦੇ, ਕਿਸੇ ਵਕੀਲ ਨਾਲ ਡਿਬੇਟ ਕਰ ਲਓ। ਅੱਜ ਹਿੰਦੁਸਤਾਨ ਦੇ ਸਾਰੀਆਂ 12 ਦੇ ਮਤੇ ਆ ਗਏ ਆ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਭਾਈ ਇਹ ਕਾਨੂੰਨਾਂ ਦੇ ਖਿਲਾਫ਼ ਹੈ। ਹੁਣ ਵਕੀਲ ਜਿਹੜੇ ਆ ਉਹ ਤਾਂ ਸਮਝਦੇ ਆ, ਸਾਡੇ ਹਾਈ ਕੋਰਟ ਦੇ ਜੱਜਿਸ ਜਿਹੜੇ ਹੈਗੇ ਆ ਉਹ ਸਪੀਚ ਦੇ ਕੇ ਆਏ ਨੇ ਉੱਥੇ ਚੰਗੂ ਬਾਰਡਰ 'ਤੇ ਕਿ ਗਲਤ ਹੋ ਰਿਹਾ, ਗਲਤ ਕਾਨੂੰਨ ਨੇ। ਹੁਣ 125 ਆਈ ਐੱਸ ਅਫਸਰਾਂ ਜਿਹੜੇ ਹੈਗੇ ਰਿਟਾਇਰਡ ਸਿਵਲ, ਜਿਹਨੂੰ ਸਿਵਲ ਸਿਟੀਜ਼ਨਸ ਕਹਿ ਦਿੰਦੇ ਆ, ਸਿਵਲ ਸਰਵਿਸਿਜ਼ ਵਾਲੇ, ਉਹਨਾਂ ਲਿਖ ਕੇ ਦਿੱਤਾ ਗਲਤ ਹੈ। ਪੜ੍ਹਿਆ ਲਿਖਿਆ ਵਰਗ ਗਲਤ ਕਹਿੰਦਾ, ਕਿਸਾਨ ਗਲਤ ਕਹਿੰਦੇ ਆ ਜਿਹਨਾਂ ਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ। ਇਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਮੇਰੇ ਜਗ੍ਹਾ ਬੰਦਾ ਕੱਪੜੇ ਪਾ ਕਿਸਾਨ ਆਪਣੇ ਨੂੰ ਕਿਵੇਂ ਘੁਮਾਉਂਦਾ, ਇਹਨਾਂ ਨੂੰ ਇਹਦੇ ਟਰੈਕਟਰ 'ਤੇ ਚੜ੍ਹ ਕੇ ਕਿਵੇਂ ਆਉਂਦਾ। ਬੀਜੇਪੀ ਸਮਝਦੀ ਹੈ ਕਿਸਾਨ ਉਹ ਹੈ ਜਿਹੜਾ ਇਹਨਾਂ ਕੋਲ ਝੁੱਡੂ ਹੋਵੇ, ਜਿਹੜਾ ਦਿਮਾਗ ਤੋਂ ਸਿਰਫ ਉਹਨੂੰ ਇਹੀ ਦੇਖਦਾ ਹੋਵੇ ਮੋਦੀ ਮੋਦੀ ਮੋਦੀ, ਉਹ ਆਪਣੇ ਬਾਰੇ ਨਾ ਸੋਚੇ ਔਰ ਲੋਕਾਂ ਬਾਰੇ ਨਾ ਸੋਚੇ। ਜਿਹੜਾ ਬੰਦਾ ਲੋਕਾਂ ਬਾਰੇ ਸੋਚੂਗਾ, ਜਿਹੜਾ ਬੰਦਾ ਹਿੰਦੁਸਤਾਨ ਬਾਰੇ ਸੋਚੂਗਾ, ਉਹਨੂੰ ਤਾਂ ਅਸੀਂ ਕਹਿ ਦਾਂਗੇ ਐਂਟੀ ਨੈਸ਼ਨਲਿਸਟ। ਜਿਹੜਾ ਬੰਦਾ ਇਹਨਾਂ ਵਾਂਗੂ, ਉਹ ਕਹਿੰਦੇ ਨਾ ਲਕੀਰ ਦਾ ਫਕੀਰ ਬਣ ਕੇ ਕਹੀ ਜਾਊਗਾ, ਇਹਨਾਂ ਨੇ ਬੱਲੇ ਬੱਲੇ ਕਰੀ ਜਾਊਗਾ, ਉਹਨੂੰ ਕਹਾਂਗੇ ਨੈਸ਼ਨਲਿਸਟ। ਪਰ ਇਹਨਾਂ ਦੇ ਕਹਿਣ ਨਾਲ ਹਿੰਦੁਸਤਾਨ ਦੇ ਲੋਕ ਬਸ ਨਹੀਂ, ਕੋਈ ਐਂਟੀ ਨੈਸ਼ਨਲਿਸਟ ਹੀ ਹੋ ਚੱਲੇ ਹੈਗੇ। ਇਹਨਾਂ ਦੇ ਕਹਿਣ ਨਾਲ ਅਸੀਂ ਕੋਈ ਟੈਰਿਸਟ ਨਹੀਂ ਬਣ ਚੱਲੇ, ਅੱਤਵਾਦੀ ਨਹੀਂ ਬਣ ਚੱਲੇ ਹੈਗੇ। ਇਹਨਾਂ ਦੇ ਕਹਿਣ ਨਾਲ ਅਸੀਂ ਕੋਈ ਇੱਦਾਂ ਦੀ ਹੈਗਾ ਸ਼ਹੀਨ ਬਾਗ ਵਾਂਗੂ ਜਾਂ ਹੋਰ ਅਸੀਂ ਆਪਣੇ ਕਹਿੰਦੇ ਆ ਵਾਇਲੈਂਸ ਨਹੀਂ ਕਰ ਰਹੇ ਹੈਗੇ। ਅਸੀਂ ਪੀਸਫੁਲ, ਸਾਡਾ ਪ੍ਰੋਟੈਸਟ ਚੱਲ ਰਹੀ ਹੈ ਔਰ ਪੀਸਫੁਲ ਹੀ ਚੱਲੂਗੀ। ਸੈਕਟਰੀ ਸਾਹਿਬ, ਤੁਸੀਂ ਦੱਸੋ ਕਿ ਜਿਹੜੇ ਹੁਣ ਗਾਜ਼ੀਪੁਰ ਬਾਰਡਰ 'ਤੇ ਜਿੱਦਾਂ ਹੋਇਆ, ਰਾਕੇਸ਼ ਟਿਕੈਤ ਨੂੰ ਉਠਾਉਣ ਦੇ ਲਈ ਆਈ ਪੁਲਿਸ, ਚੱਕਣ ਦੇ ਲਈ ਆਈ, ਲੇਕਿਨ ਉਹਨਾਂ ਨੇ ਜਦੋਂ ਰੋਕ ਕੇ ਕਿਹਾ ਤਾਂ ਵੀ ਸਾਨੂੰ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ, ਮੈਂ ਸਿਲੰਡਰ ਨਹੀਂ ਕਰ ਸਕਦਾ, ਮੈਂ ਇੱਥੇ ਹੀ ਮਰੂੰਗਾ ਜੇ ਮਰਿਆ ਤੁਸੀਂ ਗੋਲੀ ਮਾਰ ਦਿਓ। ਤਾਂ ਉਸ ਬਾਅਦ ਹੋਰ ਵੀ ਲੋਕ ਜਿਹੜੇ ਇਕੱਠੇ ਹੋ ਗਏ ਉੱਥੇ ਚਲੇ ਗਏ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ, ਲੇਕਿਨ ਹਾਲੇ ਵੀ ਸਰਕਾਰ ਕਹਿੰਦੀ ਹੈ ਉੱਥੇ ਕੁਝ ਕਈ ਹਜ਼ਾਰ ਲੋਕ ਬੈਠਾ, ਉੱਥੇ ਲੱਖਾਂ ਲੋਕ ਬੈਠੇ ਹੀ ਨਹੀਂ ਹੈਗੇ। ਦੇਖੋ ਸਰਕਾਰ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਦਾ ਇਹ ਸੰਘਰਸ਼ ਜਾਰੀ ਆ ਉਦੋਂ ਤੋਂ ਹੀ ਇਹ ਸੰਘਰਸ਼ ਨੂੰ ਤੋੜਨ ਲਈ ਮਰੋੜਨ ਲਈ ਲੱਗੀ ਆ। ਜਿਹੜਾ 26 ਜਨਵਰੀ ਦਾ ਐਪੀਸੋਡ ਵੀ ਹੋਇਆ ਉਹ 'ਚ ਵੀ ਸਰਕਾਰ ਦਾ ਹੱਥ ਹੈ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਇੱਕ ਜਿਹੜਾ ਰੂਟ ਦਿੱਤਾ, ਰੂਟ ਤੋਂ ਲਾਲ ਕਿਲ੍ਹਾ 20 ਕਿਲੋਮੀਟਰ ਅੰਦਰ ਆ, 26 ਜਨਵਰੀ ਦਾ ਦਿਨ ਹੋਵੇ, ਕੀ ਪੋਸੀਬਿਲਿਟੀ ਹੈ ਵੀ ਬਿਨਾਂ ਰੂਟ ਤੋਂ ਬੰਦੇ ਉੱਥੇ ਪਹੁੰਚ ਜਾਣਗੇ? ਲਾਲ ਕਿਲ੍ਹੇ ਦੇ ਕੁਰਸੀਆਂ 'ਤੇ ਬੈਠੀ ਸੀ, ਪੁਲਿਸ ਕੁਰਸੀਆਂ 'ਤੇ ਬੈਠੀ ਹੈ, ਤਮਾਸ਼ਾ ਦੇਖਦੀ ਪਈ ਆ, ਆਪ ਕਰਾ ਰਹੇ ਆ ਖੜ ਕੇ, ਆਪ ਕਰਾ ਕੇ ਫਿਰ ਜਿਹੜਾ ਗੋਦੀ ਮੀਡੀਆ ਆ ਉਹ ਰੌਲਾ ਪਾ ਰਿਹਾ ਵੀ ਦੇਖੋ ਜੀ ਕਿਸਾਨਾਂ ਨੇ ਆਹ ਕਰਤਾ, ਫਲੈਗ ਦਾ ਇਹਨਾਂ ਨੇ ਬੇਅਦਬੀ ਕਰਤੀ, ਸਾਰੀ ਉਹਨਾਂ ਨੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਜਦ ਟਿਕੈਤ ਸਾਹਿਬ ਰੋਏ ਨੇ ਤਾਂ ਪੂਰਾ ਇੰਡੀਆ ਰੋਇਆ, ਪੂਰਾ ਭਾਰਤ ਰੋਇਆ। 5 ਲੱਖ ਬੰਦਾ ਇੱਕ ਦਿਨ 'ਚ ਉੱਥੇ ਪਹੁੰਚਣਾ, ਇਹ ਸਰਕਾਰ ਦੇ ਮੂੰਹ 'ਤੇ ਆਪਣੇ ਆਪ ਚਪੇੜ। ਸਰ ਤੁਸੀਂ ਕਹਿਣਾ ਚਾਹੁੰਦੇ ਕਿ ਇਸ ਅੰਦੋਲਨ ਦਾ ਹੁਣ ਕੀ ਸੀਟਾਂ ਨਿਕਲਣ ਵਾਲਾ ਹੈ? ਸੀਟਾਂ ਹੁਣ ਇਹ ਜਨ ਅੰਦੋਲਨ ਬਣ ਚੁੱਕਿਆ, ਬੱਚਾ ਬੱਚਾ ਇਸ ਅੰਦੋਲਨ ਦੇ ਨਾਲ ਜੁੜ ਚੁੱਕਿਆ ਹੈ। ਇਹ ਜੇ ਸਰਕਾਰ ਨਹੀਂ ਮੰਨੀ ਤਾਂ ਸਰਕਾਰ ਨੂੰ ਇਹ ਪੁੱਠਾ ਪਾਊਗਾ ਹੀ ਪਾਊਗਾ। ਇਸ ਕਰਕੇ ਇਹ ਅੰਦੋਲਨ ਜਿਹੜਾ ਹਰੇਕ ਵਰਗ ਆ, ਹਰੇਕ ਵਰਗ ਇਹਨੇ ਇਫੈਕਟਡ ਆ ਅਤੇ ਹਰੇਕ ਵਰਗ ਇਹਦੇ ਨਾਲ ਜੁੜ ਰਿਹਾ। ਸੋ ਅੱਜ ਵਕੀਲ ਭਾਈਚਾਰੇ ਦੇ ਵੱਲੋਂ ਜਿਹੜਾ ਆ ਪ੍ਰਦਰਸ਼ਨ ਕੀਤਾ ਗਿਆ, ਕੀ ਕਹਿਣਾ ਚਾਹੁੰਦੇ ਸਰ ਤੁਸੀਂ? ਆ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਅੱਜ ਚੱਕਾ ਜਾਮ ਕੀਤਾ ਜਾਣਾ ਸੀ, ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ? ਇਹ ਦੇਖੋ ਜੀ, ਅਸੀਂ ਕਿਸਾਨ ਜਥੇਬੰਦੀਆਂ ਦੇ ਜੋ ਵੀ ਹੁਕਮ ਜਾਰੀ ਹੁੰਦੇ ਨੇ, ਅਸੀਂ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਫੁੱਲ ਚੜ੍ਹਾਈਏ ਉਹਨਾਂ ਦੇ ਹੁਕਮਾਂ 'ਤੇ। ਜੋ ਮਾਹੌਲ ਹੈ ਇਸ ਟਾਈਮ, ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਸੰਘਰਸ਼ ਕਮਜ਼ੋਰ ਹੋ ਰਿਹਾ, ਇਹ ਬਿਲਕੁਲ ਅਫਵਾਹ, ਝੂਠ ਹੈ। ਕਿ ਮੈਂ ਪਿਛਲੇ ਇੱਕ ਹਫ਼ਤਾ ਉੱਥੇ ਲਗਾ ਕੇ ਆਇਆ, ਬਾਰਡਰ 'ਤੇ ਲਗਾ ਕੇ ਆਇਆ, ਸਾਰਾ ਮਾਹੌਲ ਉੱਥੇ ਦੇਖਿਆ। ਅੱਗੇ ਨਾਲੋਂ ਵੀ ਜਦੋਂ ਦਾ ਟਿਕੈਤ ਸਾਹਿਬ ਦੇ ਮਤਲਬ ਹਾਂਜੂ ਇਨਕਲਾਬ ਲੈ ਕੇ ਆਏ ਨੇ, ਉਸ ਤੋਂ ਬਾਅਦ ਅੱਗੇ ਨਾਲੋਂ 3-4 ਗੁਣਾ ਜ਼ਿਆਦਾ ਉੱਥੇ ਇਕੱਠ ਹੋ ਗਿਆ। ਅਤੇ ਅਸੀਂ ਕਿਉਂਕਿ ਅਸੀਂ ਐਡਵੋਕੇਟ ਹਾਂ, ਸਾਨੂੰ ਇਹ
जिवें इन्हां ने गोदाम बनाया इत्थे अडानी दा मोगे दे विच पहले ही ऑर्डीनेंस तो यह मतलब साडा षडयंत्र सी कि जिहड़ा खेती जिहा रह गया सी वी जिहनूं असीं काट नहीं ला सके सी हुणे उहनूं वी आपणे जिहड़ा प्रॉफिट दे विच लैके आउणा चाहुंदे इह असीं होण नहीं देवांगे। बहुत धन्यवाद सो वकील झाई भाईचारे दे वल्लों जिहड़ा अज प्रदर्शन किया गया है और जो जथेबंदियों के वो ऐलान किया गया सीगा कि चक्का जाम किया जाऊगा 6 फरवरी तो उस दे मद्देनज़र अज प्रदर्शन किया जा रहा है और जिवें पहला लोगों को कहा जाता सीगा जो कोई इस लॉ के अगेंस्ट बोलते कहा जाता सी कहिंदे जी ये एंटी नैशनल ने तो हुण वकील भी आ गए ने तो हुण किनू किनू एंटी नैशनल ने कहिंदे फिरनगे। सो उम्मीद की जा रही है कि इन प्रदर्शनों तो बाद जिहड़े आ शायद सरकार मन जाए तो काले कानून जिहड़े रद्द करे हो जाण। सो वधेरी अपडेट से जुड़े लुधियाना टाइम्स नाल कैमरामैन सतत मथाड़ो दे नाल गुरदीप सिंह लम्मे लुधियाना टाइम्स। वधेरे जानकारी लई सबसक्राइब करो साडा यूट्यूब चैनल पब्लिक टाइम्स अते नोटिफिकेशन लई बेल आइकन ते क्लिक करना ना भुल्लो।